लिखी है जिसका नाम है Thank you.
ਖੁਦਾ ਨੂੰ ਨਜ਼ਰ ਮੌਜੂਦ ਹੀ ਕਰ ਦਿੰਦਾ ਹੈ ਸਾਡੇ ਹਿੱਸੇ ਵਿੱਚ ਮੈਂ ਯੂਰਪੀ ਦੇ ਮੁੱਖ ਹੁੰਦੀ ਜਾਏਗੀ ਉਹਦੀ ਗੱਲ ਬਦਲਦੀ ਟ੍ਰਾਂਸਲੇਸ਼ਨ ਪੋਸਾਕ ਬਦਲਣ ਲੱਗੇ ਸਹੀ ਨਹੀਂ ਬਦਲ ਸਕਦਾ ਇਸ ਵਾਸਤੇ ਕਿਤਾਬਾਂ
ਕਿਉਂਕਿ ਪਹਿਲੀ ਵਿਧਾਈ ਦਾ ਫੈਸਲਾ ਲੈ ਕੇ ਉਹਦੀ ਮੱਕਰ ਨਦੀ ਉਹਦੀ ਵਿਧਾਈ ਸੀ ਉਸਨੂੰ ਬਹੁਤ ਉੱਚਾ ਕੀਤਾ ਹੈ ਪਹਿਲੀ ਹੈਲਪ ਲੈ ਕੇ ਮਹਿਨਤ ਕਰ ਲਾ ਕੇ ਇਸ ਜ਼ਬਾਨ ਨੂੰ ਤੁਸੀਂ ਹੋਰ ਜ਼ਬਾਨ ਜਰਮਨ ਲੈਂਗੁਏਜ ਲੈ ਲਓ ਲੈਂਗੁਏਜ ਨੇ ਬੜੀ ਤਰੱਕੀ ਕੀਤੀ ਇਹਨਾਂ ਨੇ ਇਹ ਪਹਿਲਾ ਮੁਲਕ ਹੈ ਜਰਮਨ ਜਰਮਨ ਲੈਂਗੁਏਜ ਜਿਹਦੇ ਵਿੱਚ ਇਹਨਾਂ ਨੇ ਕਈ ਕਿਸਮ ਦੀਆਂ ਟਰਾਂਸਲੇਸ਼ਨ ਲਿਆਂਦੀਆਂ ਬਾਹਰਲੇ ਮੁਲਕਾਂ ਦੀਆਂ ਅੱਜ ਤੱਕ ਅਸੀਂ ਸੰਸਕ੍ਰਿਤ ਦੀ ਆਪਣੇ ਦੇਸ਼ ਦੇ ਵਿੱਚ ਯੂਨੀਵਰਸਿਟੀ ਬਣਾ ਸਕੀ ਯੂਨੀਵਰਸਿਟੀ ਬਣਾ ਸਕੀ ਅਸੀਂ ਚਾਈਨੀ ਜ਼ਬਾਨ ਮੁਨਸਰ ਹੈ ਜੋ ਆਵਾਜ਼ ਕਹੇਗੀ ਉਹਦੇ ਮੁਤਾਬਕ ਉਹਦੇ ਮਾਨੇ ਨਿਕਲੇ ਆਉਂਗੇ ਨਾ ਮਸਾਲ ਮੁਨਸਰ ਹੋਣ ਇਹਦਾ ਮਤਲਬ ਕੋਈ ਜ਼ਬਾਨ ਬਣਾ ਲਿਆ ਫਿਲੋਸਫੀ ਹੈ ਜ਼ਬਾਨ ਤੇ ਬੜਾ ਮੁਨਸਰ ਹੈ ਜ਼ਬਾਨ ਤੇ ਤੁਸੀਂ
ਪੰਜਾਬੀ ਜ਼ਬਾਨ ਦੇ ਬਾਰੇ ਕੁਝ ਤਰੀਕੇ ਨਾਲ ਅਸੀਂ ਰੀਜਨ ਆਊਟ ਕਰੀਏ ਸ਼ਬਦ ਹਨ ਉਹਨਾਂ ਨੂੰ ਸਹੀ ਟ੍ਰਾਂਸਲੇਟ ਕਰੋ ਵਿੱਚ ਅਸੀਂ ਕਹਿੰਦੇ ਹਾਂ ਵੀ ਤਾਜ਼ਾ ਔਰ ਫਾਰਸੀ ਦੇ ਤਾਜ਼ਾ ਲਫ਼ਜ਼ ਹੈ ਤਾਂ ਫਾਰਸੀ ਜ਼ਬਾਨ ਨੂੰ ਟ੍ਰਾਂਸਲੇਟ ਕਰਨ ਵਾਸਤੇ ਸਹੀ ਹੋ ਸਹੀ ਸ਼ਬਦ ਦੇ ਵਾਸਤੇ ਸਾਡੇ ਪਾਸ ਪੰਜ ਸ਼ਬਦ ਮੌਜੂਦ ਹਨ ਇਸ ਅਲਫਾਬੈਟ ਵਿੱਚ ਇਹਨਾਂ ਪੰਜਾਂ ਬੱਚਿਆਂ ਦੀ ਇਹ ਮਹੱਤਤਾ ਹੈ ਦੁਨੀਆਂ ਦੀ ਕੋਈ ਜ਼ਬਾਨ ਚਾਹੇ ਹਿੰਦੀ ਹੈ ਫਾਰਸੀ ਹੈ ਸੰਸਕ੍ਰਿਤ ਹੈ ਲੈਂਗੁਏਜ ਨੂੰ ਅਸੀਂ ਉਸੇ ਤਰ੍ਹਾਂ ਟ੍ਰਾਂਸਲੇਟ ਕਰਕੇ ਦੱਸ ਸਕਦੇ ਹਾਂ ਜਿਵੇਂ ਕਲਾਸ ਵਿੱਚ ਮਹੱਤਤਾ ਹੈ ਇਹ ਬੜੀ ਪੁਰਾਣੀ ਲੈਂਗੁਏਜ ਹੈ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਵੀ ਇਸ ਦੇ ਕੰਮ ਕਰ ਸਕੀਏ।